ਉਹ ਕਹਿੰਦਾ ਤੁਹਾਡੀ ਨਿਗਾਹ ਚ ਮੁਸਲਮਾਨ ਹਿੰਦੂ ਨਹੀਂ। ਮਹਾਰਾਜ ਕਹਿੰਦੇ ਸਾਡੀ ਨਿਗਾਹ ਚ ਇਨਸਾਨ ਹੈ। ਕਹਿਣ ਲੱਗਾ ਫਿਰ ਜੇ ਇਨਸਾਨ ਹੈ ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋਗੇ? ਮਹਾਰਾਜ ਕਹਿੰਦੇ ਜੀ ਸਦਕੇ ਪੜਾਂਗੇ। ਸਾਰੇ ਨਮਾਜ਼ੀ ਨਮਾਜ਼ ਅਦਾ ਕਰਨ ਲਈ ਵਜ਼ੂ ਕਰਕੇ ਜਦੋਂ ਕਤਾਰ ਵਿੱਚ ਖੜ ਗਏ ਤੇ ਮੌਲਵੀ ਸਾਹਿਬ ਨੇ ਨਮਾਜ਼ ਅਦਾ ਸ਼ੁਰੂ ਕੀਤੀ। ਉਹ ਸਜਦਾ ਕਰਦੇ ਨੇ, ਬੈਠਦੇ ਨੇ, ਖਲੋਂਦੇ ਨੇ, ਸੱਜੇ ਪਾਸੇ ਮੂੰਹ ਕਰਕੇ, ਖੱਬੇ ਪਾਸੇ ਮੂੰਹ ਕਰਕੇ ਕਲਮਾ ਪੜਦੇ ਨੇ। ਬਾਬਾ ਜੀ ਉਦਾਂ ਹੀ ਖੜੇ ਨੇ। ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤ ਖਾਨ ਨੇ ਆਖਿਆ, ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜਾਂਗੇ, ਪਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜੀ? ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੇ ਘਰ ਘੋੜੀ ਸੂਈ ਹੋਈ ਹੈ, ਖਤਰਾ ਇਹ ਪਿਆ ਵੀ ਵਛੇਰਾ ਪਿੱਛੇ ਕਿਤੇ ਖੱਡੇ ਚ ਨਾ ਡਿੱਗ ਪਵੇ। ਮਹਾਰਾਜ ਦਾ ਧਿਆਨ ਵਛੇਰੇ ਵਿੱਚ, ਮੌਲਵੀ ਹੱਕਾ ਬੱਕਾ ਰਹਿ ਗਿਆ ਵੀ ਵਾਕਿਆ ਹੀ ਮੇਰਾ ਧਿਆਨ ਤਾਂ ਘਰ ਗਿਆ ਹੋਇਆ। ਬਾਪ ਕਹਿਣ ਲੱਗਾ ਫਿਰ ਮੇਰੇ ਨਾਲ ਪੜ ਲੈਣੀ ਸੀ, ਮੈਂ ਵੀ ਤਾਂ ਨਮਾਜ਼ ਪੜ ਰਿਹਾ ਸੀ, ਮੌਲਵੀ ਸਾਹਿਬ ਦਾ ਧਿਆਨ ਗਿਆ, ਮੇਰਾ ਤੇ ਨਹੀਂ ਗਿਆ। ਮਹਾਰਾਜ ਕਹਿੰਦੇ ਤੂੰ ਵੀ ਘੋੜਿਆਂ ਪਿੱਛੇ ਹੀ ਫਿਰਦਾ ਸੀ, ਤੂੰ ਕਾਬਲ ਘੋੜੇ ਖਰੀਦਣ ਗਿਆ ਸੀ ਵੀ ਉੱਥੇ ਘੋੜੇ ਵਧੀਆ ਮਿਲਦੇ, ਉੱਥੋਂ ਦੇ ਘੋੜੇ ਖਰੀਦਣੇ ਆ। ਦੌਲਤ ਖਾਂ ਚਰਨਾਂ ਦੇ ਢਹਿ ਪਿਆ, ਕਹਿਣ ਲੱਗਾ ਤੁਹਾਨੂੰ ਤੁਸੀਂ ਦਿਲਾਂ ਦੀ ਜਾਣ ਲਵਾ।